ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 30 ਜੁਲਾਈ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲਈ ਹਾਜ਼ਰ ਹਾਂ ਕਿ ਅੱਜ ਦੇ ਦਿਨ ਮੌਸਮ ਦੇ ਕੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਹੜੇ ਹਿੱਸਿਆਂ ਵਿੱਚ ਬੱਦਲਵਾਈ ਜਾਂ ਮੀਂਹ ਦੇ आसार ਹੋਣਗੇ ਸੋ ਪਹਿਲਾਂ ਤਾਜ਼ਾ ਸੈਟਲਾਈਟ ਤੋਂ ਸਵੀਰ ਦੇਖ ਰਹੇ ਹਾਂ ਮੌਸਮ ਪੰਜਾਬ ਦਾ ਲਗਭਗ ਅੱਧੇ ਤੋਂ ਜ਼ਿਆਦਾ ਹਿੱਸਿਆਂ ਵਿੱਚ ਸਾਫ਼ ਹੈ ਕੋਈ ਜਿਹੜਾ ਪੰਜਾਬ ਦੇ ਦੱਖਣੀ ਹਿੱਸੇ ਨੇ 5-7 ਜ਼ਿਲ੍ਹੇ ਹਰਿਆਣਾ ਰਾਜਸਥਾਨ ਦੇ ਨੇੜੇ ਪੈਂਦੇ ਨੇ ਜੋ ਭਾਗ ਉਹਨਾਂ ਜ਼ਿਲ੍ਹਿਆਂ ਦੇ ਕਈ ਭਾਗਾਂ ਵਿੱਚ ਥੋੜੀ ਜਿਹੀ ਦਰਮਿਆਨੀ ਟੁੱਟਮੀ ਬੱਦਲਬਾਈ ਹੈ ਕਣਮਣ ਹੋ ਸਕਦੀ ਹੈ ਉਹਨਾਂ ਹਿੱਸਿਆਂ ਦੇ ਵਿੱਚ ਸਵੇਰ ਦੇ ਪਹਿਲੇ ਜਿਹੜੇ 2-3 ਘੰਟੇ ਹੋਣਗੇ ਯਾਨੀ 8-9-10 ਵਜੇ ਤੱਕ ਦੇ ਸੋ ਉਸ ਤੋਂ ਬਾਅਦ ਮੌਸਮ ਸੁਧਰਨ ਦੇ ਹੀ ਅਸਾਰ ਨੇ ਇਹ ਬੱਦਲਬਾਈ ਲਗਭਗ ਖਤਮ ਹੋ ਜਾਵੇਗੀ ਜਿਹੜਾ ਮੌਨਸੂਨ ਦਾ ਸਪੈਲ ਚੱਲ ਰਿਹਾ ਸੀਗਾ ਪਿਛਲਾ ਉਹ ਲਗਭਗ ਖਤਮ ਹੋ ਚੁੱਕਿਆ ਹੈ ਜਿਵੇਂ ਕਿ ਦੱਸਿਆ ਸੀ ਕਿ 29 ਜੁਲਾਈ ਤੱਕ ਹੀ ਮੀਂਹ ਦੇ ਚਾਂਸ ਜ਼ਿਆਦਾ ਹੋਣਗੇ ਤੇ ਉਹ ਵੀ ਪੈਚੀ ਰੂਪ ਵਿੱਚ ਦੇਖਣ ਨੂੰ ਮਿਲਣਗੇ ਕਈ ਹਿੱਸਿਆਂ ਵਿੱਚ ਬੀਬੋਗੇਗਾ ਕੁਝ ਭਾਗ ਹੋਸ਼ਕ ਰਹਿਣਗੇ ਕੁਝ ਭਾਗਾਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਤੇਜ਼ ਝਰਾਟੇਦਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤਾਂ ਹੁਣ ਗੱਲ ਕਰੀਏ ਅੱਜ 30 ਜੁਲਾਈ ਨੂੰ ਮੌਸਮ ਪੰਜਾਬ ਦਾ ਜ਼ਿਆਦਾਤਰ 60 ਤੋਂ ਲੈ ਕੇ 70-80% ਸਾਫ਼ ਰਹੇਗਾ ਦੁਪਹਿਰ ਦੇ ਆਸ-ਪਾਸ ਕੁਝ ਥੋੜੇ-ਬਹੁਤ ਛੋਟੇ ਗਰਜ-ਜਮਕ ਵਾਲੇ ਬੱਦਲ ਬਣ ਸਕਦੇ ਨੇ ਕਿਉਂਕਿ ਨਮੀ ਬਣੀ ਹੋਈ ਹੈ। ਸੋ ਜਿਹੇ ਦੇ ਵਿੱਚ ਜਦੋਂ ਟੈਂਪਰੇਚਰ ਥੋੜਾ ਜਿਆਦਾ ਵੱਧਦਾ ਤਾਂ ਉਸ ਨਮੀ ਤੋਂ ਗਰਜ-ਜਮਕ ਵਾਲੇ ਬੱਦਲ ਬਣ ਜਾਂਦੇ ਨੇ। ਸੋ ਮੌਨਸੂਨੀ ਸੀਜ਼ਨ ਦੇ ਵਿੱਚ ਅਜਿਹੀਆਂ ਛੋਟੀਆਂ-ਮੋਟੀਆਂ ਗਤੀਵਿਧੀਆਂ ਹੋਣ ਜਿਹੜੀਆਂ ਨਾਰਮਲ ਹੈ ਤੇ ਜਿਹੜੀਆਂ ਅਕਸਰ ਆਪਾਂ ਨੂੰ ਦੁਪਹਿਰ-ਸ਼ਾਮ ਦੇ ਆਸ-ਪਾਸ ਛੋਟੇ-ਮੋਟੇ ਕੁਝ ਇੱਕ-ਦੋ ਜ਼ਿਲ੍ਹਿਆਂ ਦੇ ਕੁਝ ਦੋ-ਚਾਰ ਹਿੱਸਿਆਂ ਵਿੱਚ ਮੀਂਹ ਪੈ ਜਾਂਦਾ ਬਾਕੀ ਹਿੱਸੇ ਖੁਸ਼ਕ ਰਹਿ ਜਾਂਦੇ ਨੇ ਤੇ ਜਿਹੜਾ ਸਪੈਲ ਲੱਗਦਾ ਹੈ ਵੀ ਲਗਭ ਇੱਕਦਮ ਬਿਲਕੁਲ ਸਾਫ਼ ਹੋ ਜਾਂਦਾ ਹੈ ਸੋ ਅਜਿਹੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਕੁਝ 2-4 ਹਿੱਸਿਆਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਕੁਝ ਦੱਖਣੀ ਜਾਂ ਪੱਛਮੀ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਵਿੱਚ ਜ਼ਿਆਦਾ ਅਸਰ ਹੋਣਗੇ ਤੇ ਮੱਧ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਵੀ ਇਹ ਗਤੀਵਿਧੀ ਹੋਣ ਦੇ 10-20% ਅਸਰ ਨੇ ਬਾਕੀ ਮੌਸਮ 'ਚ ਕੋਈ ਜ਼ਿਆਦਾ ਵੱਡੀ ਹਲਚਲ ਨਹੀਂ ਹੈ ਕੋਈ ਵੱਡਾ ਤਕੜਾ ਸਿਸਟਮ ਨਹੀਂ ਹੈ ਜਿਹਦੇ ਚੱਲਦੇ ਆਪਾਂ ਇਹ ਕਹੀਏ ਵੀ ਪੰਜਾਬ ਦੇ 8-10 ਜ਼ਿਲ੍ਹੇ ਜਾਂ ਕਾਫੀ ਜਾਂ ਅੱਧੇ ਤੋਂ ਵੱਧ ਹਿੱਸੇ ਇੱਕੋ ਸਮੇਂ ਕਬਰ ਹੋਵੇਗਾ ਜਾਂ ਭਾਰੀ ਮੀਂਹ ਲਗਾਤਾਰ ਚੱਲੇਗਾ 2-4 ਘੰਟਿਆਂ ਤੱਕ ਸੋ ਜਿਹੀ ਹੀ ਮੌਸਮੀ ਹਲਚਲ ਹੋਣ ਦੇ ਆਸਾਰ 'ਨੀਆਂ ਛੋਟੇ-ਮੋਟੇ ਸਪੈਲ ਲੱਗਣਗੇ ਮੌਸਮ ਬਾਕੀ ਠੀਕ-ਠਾਕ ਬਣਿਆ ਰਹੇਗਾ ਹਵਾਵਾਂ ਪੂਰਬ ਦਿਸ਼ਾ ਤੋਂ ਹੀ ਚੱਲਣਗੀਆਂ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਲਗਭਗ 35-36 ਡਿਗਰੀ ਦੇ ਆਸ-ਪਾਸ ਵਧੋ-ਵਧੋ ਕੁਝ ਹਿੱਸਿਆਂ ਵਿੱਚ ਦਰਜ ਕੀਤਾ ਜਾਊਗਾ ਨਾਰ ਅਗਲੇ ਸਪੈਲ ਦੀ ਗੱਲ ਕਰੀ ਜਿਹੜਾ ਮੌਨਸੂਨ ਅਗਲੇ ਐਕਟਿਵ ਹੋਣ ਦਾ ਜਿਹੜਾ ਸਪੈਲ ਲੱਗਣ ਦੇ ਅਸਾਰ ਨੇ ਉਹ ਲਗਭਗ ਅਗਸਤ ਮਹੀਨੇ ਦੇ 2-3 ਤਰੀਕ ਤੋਂ ਬਾਅਦ ਹੀ ਚਾਂਸ ਬਣ ਰਹੇ ਨੇ ਬਾਕੀ ਉਸ ਦੀ ਜਾਣਕਾਰੀ ਆਪਾਂ ਅਗਸਤ ਮਹੀਨੇ ਦੀ ਜਦੋਂ ਅਪਡੇਟ ਅਗਲੇ 1 ਤਰੀਕ ਨੂੰ ਸਾਂਝੀ ਕਰਾਂਗੇ ਉਸ ਦੇ ਵਿੱਚ ਸਹੀ ਜਿਹੜੀ ਨਵੀਂ ਅਪਡੇਟ ਮਿਲੇਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਸੋ ਉਦੋਂ ਤੱਕ ਚੈਨਲ ਪੰਜਾਬ ਵੈਦਰ ਨਾਲ ਜੁੜੇ ਰਹੋ ਤਾਂ ਜੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ